AIMIM ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ। ਉਹਨਾਂ ਭਾਜਪਾ ਸਰਕਾਰ ਵੱਲੋਂ ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਬਾਰੇ ਬੋਲਦਿਆਂ ਕਿਹਾ ਕਿ ਭਾਜਪਾ ਸਰਕਾਰ ਨੂੰ ਗਾਂ ਦਾ ਤਾਂ ਫਿਕਰ ਹੈ ਪਰ ਬੁਰੇ ਹਾਲਾਤਾਂ ਵਿੱਚ ਗੁਜ਼ਰ ਰਹੇ ਇਨਸਾਨ ਦੀ ਕੋਈ ਫਿਕਰ ਨਹੀਂ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਉਹਨਾਂ ਲੋਕਾਂ ਦੀ ਫਿਕਰ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਸੱਤਾ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ। ਕਾਫੀ ਮਜ਼ਹਬ ਮਿਲ ਗਿਆ, ਗਾਇ ਕਾ ਵੀ ਮਜ਼ਹਬ ਮਿਲ ਗਿਆ। ਅਰੇ ਭਾਈ, ਇਨਸਾਨ ਕੀ ਫਿਕਰ ਕਰੋ, इंसान परेशान है। आपकी आप सरकार में है, आपको हिंदुस्तान की अवाम ने इतना बड़ा मैंडेट दिया है, आप उसकी फिक्र करो। आप कब तक ये इमोशनल जज्बाती इशू जिससे रोज़मर्रा की चीज़ों कोई ताल्लुक नहीं है, आप उसी पर बाजा कब तक बचाएंगे? छोड़िए, अभी आइए, अभी ज़मीन पे ख़दम रखिए, बहुत उड़ लिया आसमान पर भी। दे वॉन्ट टू डू इट ना, दैट इज़ वॉट इलेक्शन कमीशन सेड, एंड द होल आइडिया इज़ टू चेंज द डेमोग्राफी ऑफ कश्मीर। द होल आइडिया इज़ टू हैव अ